ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਨਮੋ ਬੁੱਧਾਇ, ਜਮਨਾ ਸਤਿ, ਸਲਾਮ ਅਲੈਕੁਮ ਸਾਥੀਓ। ਵਾਇਸ ਔਫ ਮਾਨਵਤਾ ਆਪਕਾ ਆਪਣਾ ਟੀ ਵੀ ਹੈ, ਚੈਨਲ ਹੈ, ਹਮਾਰਾ ਜੋ ਫੇਸਬੁੱਕ ਪੇਜ ਵੀ ਹੈ ਉਸਕੋ ਲਾਈਕ ਕਰੇਂ, ਔਰ ਜੋ ਹੈ ਯੂਟਿਊਬ ਚੈਨਲ ਵੀ ਹੈ ਉਸਕੋ ਲਾਈਕ ਕਰੇਂ। ਤੋ ਸਾਥੀਓ, ਹਮ ਬਹੁਤ ਸਾਰੀ ਬਿਮਾਰੀ ਸੇ ਪਰੇਸ਼ਾਨ ਹੋਤੇ ਹੈ, ਬਹੁਤ ਸਾਰੇ ਜੋ ਹੈ ਐਸਾ ਦਿਖਤਾ ਹੈ ਕਿ ਲੋਕ ਜੋ ਸ਼ੂਗਰ ਕੀ ਬਿਮਾਰੀ ਕੇ ਬਾਰੇ ਮੈਂ ਬਾਤ ਕਰੇਂ। ਅੱਜ ਨਯਾ ਟੋਪਿਕ ਹਮਾਰਾ, ਤੋ ਸ਼ੂਗਰ ਕੀ ਬਿਮਾਰੀ ਸਬਸੇ ਅੱਛੇ ਤਰੀਕੇ ਸੇ ਕੈਸੇ ਠੀਕ ਹੋ ਸਕਤੀ ਹੈ, ਔਰ ਉਸਮੇਂ ਕਿਆ ਕਰਨਾ ਚਾਹੀਏ ਲੋਕੋ ਕੋ। ਤੋ ਇਸਮੇ ਜੋ ਹੈ ਹਮਾਰੇ ਇੱਕ ਸੰਵਾਦਦਾਤਾ ਹੈ ਜਗਦੀਸ਼ ਕੁਰੇ ਜੀ ਛੱਤੀਸਗੜ੍ਹ ਸੇ, ਉਹਨਾਂ ਹਮਾਰੇ ਪਾਸ ਰਿਪੋਰਟ ਭੇਜੀ ਹੈ, ਵਹਾਂ ਕੇ ਵੀਡੀਓ ਬਣਾ ਕਰ ਲੋਕੋ ਸੇ ਬਾਤ ਕਰਕੇ, ਜੋ ਇੱਕ ਫਸਲ ਹੈ ਕੋਈ ਉਸਮੇ ਉਹਨਾਂ ਦਿਖਾ ਰੱਖਿਆ ਹੈ ਕਿ ਜੋ ਵੀਡੀਓ ਕੇ ਅੰਦਰ ਜੋ ਦੇਖ ਰਹੇ ਹੈ ਉਸ ਫਸਲ ਜੋ ਦੇਖੀ ਹੈ, ਤੋ ਆਪ ਉਸਕੋ ਦੇਖ ਪਾਏਗੇ ਵੀਡੀਓ ਕੋ। ਅਭੀ ਜੋ ਸਕਰੀਨ ਪਰ ਚੱਲ ਰਹੀ ਹੈ ਵੀਡੀਓ, ਇਹੀ ਵੀਡੀਓ ਹੈ। ਤੋ ਹਮ ਦਿਖਾਣਾ ਚਾਹਤਾ ਆਪ ਸਭੀ ਕੋ ਵੀਡੀਓ, ਪਹਿਲੇ ਇਸਕੋ ਵੀਡੀਓ ਕੋ ਦੇਖੇ ਹੈ, ਉਸਕੇ ਬਾਅਦ ਹਮ ਆਪਣੇ ਬਾਰੇ ਮੈਂ ਬਤਾਤੇ ਹੈ, ਇਸਮੇ ਉਸਕੇ ਬਾਰੇ ਮੈਂ ਬਤਾਏਗੇ ਥੋੜ੍ਹਾ। ਤੋ ਪਹਿਲੇ ਵੀਡੀਓ ਕੋ ਆਪ ਦੇਖੇ, ਤੋ ਪਲੀਜ਼ ਦੇਖੇ ਵੀਡੀਓ ਕੋ ਜੀ। ਦੋਸਤੋ ਨਮਸਕਾਰ, ਆਪ ਦੇਖ ਰਹੇ ਹੈ ਬੀ ਓ ਐਮ ਟੀ ਵੀ ਐਮ ਬੀ ਓ ਕੇ ਟੀ ਵੀ। ਮੈਂ ਛੱਤੀਸਗੜ੍ਹ ਰਾਜ ਕੇ ਸ਼ਿਮਲਾ ਮੇਨ ਪਾਰਟ ਮੈਂ ਹੂੰ, ਔਰ ਸ਼ਿਮਲਾ ਮੇਨ ਪਾਰਟ ਛੱਤੀਸਗੜ੍ਹ ਕਾ ਵੋ ਇਤਿਹਾਸਿਕ ਔਰ ਪ੍ਰਾਕ੍ਰਿਤਿਕ ਸੁੰਦਰ ਕਾ ਸਥਾਨ ਹੈ, ਜਹਾਂ ਦੇਸ਼ ਵਿਦੇਸ਼ ਕੇ ਲੋਕ ਯਹਾਂ ਪੇ ਆਤੇ ਰਹਿਤੇ ਹੈ, ਔਰ ਯਹਾਂ ਪੇ ਇੱਕ ਪ੍ਰਾਕ੍ਰਿਤਿਕ ਛਟਾ ਦੇਖਣੇ ਕੋ ਆਪ ਮਿਲ ਸਕਤੀ ਹੈ। ਯਹਾਂ ਪੇ ਦਲਦਲੀ ਹੈ, ਟਾਈਗਰ ਪੁਆਇੰਟ ਹੈ, ਉਲਟਾ ਪਾਣੀ ਹੈ, ਜੋ ਦੇਸ਼ ਵਿਦੇਸ਼ ਮੇ ਮਸ਼ਹੂਰ ਹੈ। ਲੇਕਿਨ ਆਜ ਹਮ ਯਹਾਂ ਪੇ ਇੱਕ ਐਸੀ ਫਸਲ ਕਾ ਹਮ ਚਰਚਾ ਕਰਨਾ ਚਾਹੇਂਗੇ। ਇਸ ਫਸਲ ਕਾ ਉਪਯੋਗ ਜੋ ਹੈ ਸ਼ੂਗਰ ਕੇ ਬਿਮਾਰੀਓ ਕੇ ਲੀਏ ਕਾਰਗਰ ਸਿੱਧ ਹੈ, ਔਰ ਇਸਕਾ ਨਾਮ ਵੀ ਹਮ ਆਜ ਕੇ ਹਮਾਰੇ ਜੋ ਬੀਚ ਮੇ ਖਾਸ ਮਹਿਮਾਨ ਹੈ, ਸਰ ਆਪ ਆਪਣਾ ਨਾਮ ਬਤਾਏਂਗੇ ਔਰ ਯੇ ਜੋ ਫਸਲ ਹੈ ਇਸਕੇ ਬਾਰੇ ਮੇਂ ਬਤਾਏਂਗੇ। ਮੇਰਾ ਨਾਮ ਸ਼ਰਵਣ ਕੁਮਾਰ ਯਾਦਵ ਹੈ ਜੀ, ਔਰ ਯੇ ਫਸਲ ਜੋ ਹੈ ਇਸਕੋ ਹਮ ਲੋਗ ਯਹਾਂ ਮੇਜਰੀ ਯਾ ਖੇੜੀ ਕੇ ਨਾਮ ਸੇ ਜਾਣਤੇ ਹੈ ਜੀ, ਔਰ ਇਸ ਫਸਲ ਸੇ ਅਭੀ ਸ਼ੂਗਰ ਪੇਸ਼ੈਂਟ ਲੋਕ ਇਸਕਾ ਉਪਯੋਗ ਕਰਤੇ ਹੈ, ਜੋ ਬਹੁਤ ਹੀ ਕਾਰਗਰ ਸਿੱਧ ਹੋ ਰਹਾ ਹੈ ਜੀ ਜੀ, ਹੈ ਨਾ। ਔਰ ਇਸਕਾ ਅਭੀ ਕ੍ਰਿਸ਼ੀ ਅਨੁਸੰਧਾਨ ਮੇਂ ਵੀ ਇਸਕਾ ਖੇਤੀ ਕੀਆ ਗਿਆ ਹੈ ਜੀ, ਹੈ ਨਾ, ਰਿਸਰਚ ਕਰਕੇ। ਔਰ ਇਸ ਫਸਲ ਕਾ ਵਹੀ ਹੈ ਕਿ ਅਭੀ ਇਹ ਕਾਫੀ ਮਹਿੰਗੀ ਫਸਲ, ਇਹ ਵਪਾਰਿਕ ਫਸਲ ਮੇਂ ਇਹ ਆਪਣਾ ਸਥਾਨ ਲੈ ਰਹੀ ਹੈ। ਜੈਸਾ ਕਿ ਇਹ ਉਤਪਾਦਨ ਆਪ ਦੇਖ ਸਕਤੇ ਹੈ ਕਿ ਇਹ ਇਤਨਾ ਬਿਹਤਰੀਨ ਉਤਪਾਦਨ ਦਿਖ ਰਹਾ ਹੈ, ਔਰ ਇਸ ਉਤਪਾਦਨ ਕਾ ਜੋ ਕੀਮਤ ਹੈ ਯੇ ਅਨਯ ਰਾਜਿਓ ਮੇਂ ਅਨਯ ਪ੍ਰਾਂਤਿਓ ਮੇਂ ਦੇਖਣੇ ਕੋ ਆਪਕੋ ਨਹੀਂ ਮਿਲੇਗਾ। ਉਸ ਹਿਸਾਬ ਸੇ ਆਪ ਇਹ ਬਤਾਏਂਗੇ ਕਿ ਇਸਕੀ ਕੀਮਤ ਕਿਆ ਪੜਤੀ ਹੈ ਕਿਲੋ? ਯੇ ਅਭੀ 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 ਇਸ ਸਾਲ ਤੋਂ 32 ਰੁਪਏ ਕਿਲੋ ਤੱਕ ਵਿਕੀ ਹੈ ਸਰ। ਔਰ ਇਸਕੇ ਸਾਥ ਇੱਕ ਔਰ ਕੋਦੋ ਬੋਲਤੇ ਹੈ ਸਰ, ਉਹ ਕੋਦੋ ਵੀ ਇਸਮੇ ਹੋਤਾ ਹੈ ਕਿਆ? ਕੋਦੋ ਤੋ ਕੋਦੋ ਸੇ ਹਟਕੇ ਹੈ ਜੀ, ਲੇਕਿਨ ਇਹ ਦੋ ਮਤਲਬ ਇਸਕੇ ਲੀਏ ਸ਼ੂਗਰ ਕੇ ਲੀਏ ਰਾਮਬਾਣ ਹੈ ਜੀ, ਰਾਮਬਾਣ ਹੈ। ਤੋ ਜੈਸਾ ਕਿ ਪੂਰੇ ਵਿਸ਼ਵ ਮੇਂ ਅਗਰ ਸ਼ੂਗਰ ਪੇਸ਼ੈਂਟ ਕਾ ਰੇਸ਼ੀਓ ਦੇਖਾ ਜਾਏ ਤੋ ਕਰੋੜੋ ਕੇ ਸੰਖਿਆ ਮੇਂ ਸ਼ੂਗਰ ਪੇਸ਼ੈਂਟ ਹੈ, ਔਰ ਹਮ ਇਸਕੀ ਅਗਰ ਫਸਲ ਕੋ ਵਿਆਪਕ ਪੈਮਾਨੇ ਪੇ ਉਸਕੇ ਉਤਪਾਦਨ ਕੋ ਬੜਾਏ ਔਰ ਇਸਕੀ ਜਾਣਕਾਰੀ ਲੋਕੋ ਕੋ ਦਿਆ ਜਾਏ ਤੋ ਯੇ ਕਾਰਗਰ ਸਿੱਧ ਹੋ ਸਕਤਾ ਹੈ, ਔਰ ਮੇਨ ਪਾਰਟ ਮੇਂ ਆਪ ਇਸਕੀ ਫਸਲ ਬਹੁਤ ਆਯਤ ਪੇ ਦੇਖਣੇ ਕੋ ਮਿਲਤੀ ਹੈ। ਯੇ ਸਦੀਓ ਸੇ ਪੂਰਵਜੋ ਸੇ ਕੀ ਜਾਣੇ ਵਾਲੀ ਇੱਕ ਖੇਤੀ ਹੈ। ਸਰ ਯੇ ਕੋਦੋ ਕਾ ਉਤਪਾਦਨ ਕਾ ਸ਼ੁਰੂਆਤ ਕਹਾਂ ਸੇ ਹੁਆ ਹੋਗਾ? ਸਰ ਯੇ ਮੇਨ ਪਾਰਟ ਮੇਂ ਕਾਫੀ ਪੁਰਾਣਾ ਯੇ ਚਲੇ ਆ ਰਹਾ ਹੈ ਜੀ, ਪਹਿਲੇ ਲੋਕ ਇਸੀ ਕਾ ਖੇਤੀ ਕਰਤੇ ਥੇ, ਇਸੀ ਕੋ ਖਾਤੇ ਥੇ ਜੀ, ਇਸੀ ਕੋ ਖਾਤੇ ਥੇ ਔਰ ਇਸੀ ਕਾ ਹੀ ਖੇਤੀ ਕਰਤੇ ਥੇ ਜੀ, ਔਰ ਬਿਨਾ ਖਾਦ ਪਾਣੀ ਡਾਲੇ ਇਸਕਾ ਖੇਤੀ ਹੋਤਾ ਥਾ, ਬਿਨਾ ਖਾਦ ਔਰ ਬਿਨਾ ਪਾਣੀ ਜੀ। ਅਬ ਤੋ ਖਾਦ ਲਗਨੇ ਲਗਾ ਹੈ, ਪ੍ਰਾਕ੍ਰਿਤਿਕ ਰੂਪ ਸੇ ਉਪਜਨੇ ਵਾਲਾ ਹੈ ਜੀ ਜੀ, ਪ੍ਰਾਕ੍ਰਿਤਿਕ ਰੂਪ ਸੇ, ਔਰ ਇਸਕਾ ਮਤਲਬ ਚਾਵਲ ਸੇ ਬਹੁਤ ਬਾਰੀਕ ਕਣ ਹੋਤਾ ਹੈ ਜੀ, ਬਾਰੀਕ ਬਹੁਤ ਬਾਰੀਕ ਚਾਵਲ ਹੋਤਾ ਹੈ, ਇਸਕਾ ਖੀਰ ਵੀ ਬਹੁਤ ਅੱਛਾ ਬਨਤਾ ਹੈ। ਅੱਛਾ ਅੱਛਾ ਜੀ ਜੀ। ਸਰ ਹਮਾਰੇ ਬੀਚ ਮੇਂ ਔਰ ਇੱਕ ਹਮਾਰੇ ਮੇਨ ਪਾਰਟ ਮੇਂ ਪਟਵਾਰੀ ਰਹੇ ਹੈ, ਸਰ ਆਪਕਾ ਵੀ ਬਤਾਏ ਆਪਣਾ ਕਿਆ ਕਿ ਸ਼ੂਗਰ ਪੇਸ਼ੈਂਟ ਕੇ ਬਾਰੇ ਮੇਂ ਯੇ ਬਤਾ ਰਹੇ ਹੈ ਤੋ ਯੇ ਕਿਤਨਾ ਕਾਰਗਰ ਸਿੱਧ ਹੋ ਸਕਤਾ ਹੈ ਦੇਸ਼ ਵਿਦੇਸ਼ ਮੇਂ ਜੋ ਕਰੋੜੋ ਪੇਸ਼ੈਂਟ ਹੈ ਉਨਕੇ ਲੀਏ? ਬੜੀਆ ਸਿੱਧ ਹੋਗਾ ਜੀ, ਇਹ ਸਭ ਉੱਤਮ ਹੈ, ਉੱਤਮ ਹੈ ਜੀ, ਕਿਉਂਕਿ ਇਹ ਖੇਤਰ ਮੇਂ ਇਹੀ ਉਤਪਾਦ ਹੁੰਦਾ ਹੈ, ਔਰ ਬਿਹਤਰੀਨ ਉਤਪਾਦਨ ਹੈ ਯਹਾਂ ਪੇ। ਹਾਂ, ਬਿਹਤਰੀਨ ਉਤਪਾਦਨ, ਔਰ ਮੇਨ ਪਾਰਟ ਕੇ ਪ੍ਰਾਕ੍ਰਿਤਿਕ ਰੂਪ ਸੇ ਵੀ ਯਹਾਂ ਪੇ ਮਤਲਬ ਇਹ ਫਸਲ ਉਪਜਾਊ ਔਰ ਮਤਲਬ ਉਪਜਾਊ ਕੇ ਲੀਏ ਕਾਰਗਰ ਮਾਨਾ ਗਿਆ ਹੈ ਯਹਾਂ ਕੇ ਕਲਾਈਮੇਟ ਕੇ ਹਿਸਾਬ ਸੇ, ਔਰ ਵਾਤਾਵਰਣ ਵੀ ਸ਼ੁੱਧ ਹੈ ਉਸਕੇ ਹਿਸਾਬ ਸੇ ਵੀ ਫਸਲ ਕਾ ਉਤਪਾਦਨ ਮੇਂ ਫਰਕ ਪੜਤਾ ਹੈ।
यहाँ उत्पादन में ठीक होता है और इसका उपयोग भी ज़्यादा। तो ये थे आज यहाँ के रहने वाले हमारे जो खास मेहमान हैं, उनका कहना है कि ये उत्पादन को हम अगर दुनिया के जो शुगर पेशेंट देश हैं वहाँ पे ले जा करके इसकी अगर उपयोगिता को बताएं तो ये उत्पादन बढ़ सकती है और लोगों के जीवन के लिए एक कारगर सिद्ध हो सकता है। तो हम आज उनके इस अभी अभी ये फसल पका हुआ नहीं है, फसल खड़ी है और इस फसल के बीच में आज ये हम लोगों को बताने की कोशिश कर रहे हैं। और देखना ये होगा कि जो भारत में रहने वाले जो शुगर के पेशेंट हैं उनके लिए ये दवाई मेन पार्ट से आप कम कीमत पे सस्ते दर पे आप ले सकते हैं। आज के लिए बस इतना ही। साथियों, आप सभी ने ये वीडियो देखी है और इसमें जो देखा है आप लोगों ने कि जो जगदीश कुरे जी उनसे बात कर रहे हैं और जो वो बता रहे हैं कि शुगर के जो मरीज हैं उसको बहुत ही अच्छे तरीके से उसको मतलब खाकर उसमें तो पैसे उससे हो सकते हैं। तो ये ऐसी ऐसी रिपोर्टें ऐसी ऐसी जो है बहुत कम लोग इसको देखते हैं, बहुत कम लोगों के पास में ऐसी जानकारी है। तो हम चाहते हैं कि सभी के सभी जो इन तक पहुंच करें ताकि इनको भी आमदनी हो और शुगर से जो लोग परेशान हैं, जो लोग तंग दिली हैं शुगर से मतलब ज़्यादा परेशान हैं, तो वह ज़रूर इनसे संपर्क करें और इसको दवाई को खा कर अपने ज़िंदगी में दवाई क्या हो तो रोटी है जैसे हम बोल रहे हैं कि इसमें कि उसकी खीर भी अच्छी बनती है और बहुत अच्छा है। तो ऐसा मैं उम्मीद के साथ में कह सकता हूँ कि जो जगदीश कुरे जी ने रिपोर्ट भेजी है इसका आप लोग सही इस्तेमाल करेंगे और इसमें जो है अपने फ़ायदे के लिए उसको इस्तेमाल करेंगे। तो इससे संपर्क करें सभी सभी। तो जगदीश कुरे जी आपका बहुत बहुत धन्यवाद, ये हमारी रिपोर्ट भेजी है आपने और इसके लिए हम उनका भी धन्यवाद कर रहे जिन्होंने ये आपके साथ में जो वार्तालाप की है उनका सभी का धन्यवाद। तो थैंक यू सबका। और ये वॉइस ऑफ मानवता आपका अपना टीवी है, इसको लाइक करें, पेज को सब्सक्राइब करें, हमारा चैनल आपका चैनल है। और ये हम हर उस बात को दिखाएंगे, उस चीज़ को दिखाएंगे जो आप तक नहीं पहुंची है, मानव के साथ में जुड़ी हुई है, लोगों के साथ में जुड़ी बातें उनको सबको दिखाएंगे। तो थैंक यू सबका जिन्होंने कमेंट किए, जिन्होंने जो है लाइक किया पेज को, थैंक यू सबका। सत श्रीकाल, वाहेगुरु जी का खालसा, वाहेगुरु जी फतेह, सलाम अलैकुम। हम आपसे एक बार फिर इल्तिजा करेंगे, रिक्वेस्ट करेंगे कि आप हमारे यूट्यूब चैनल VOM TV न्यूज़ चैनल को ज़रूर सब्सक्राइब करें और साथ में बनी घंटी को भी दबाएं ताकि हर वीडियो अपलोड होते ही आप तक नोटिफिकेशन पहुंच जाए। धन्यवाद।